ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਆਰ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਤੇ ਰਾਜੀ ਖੁਸ਼ੀ ਹੋਗੇ ਸੋ ਮੇਰਾ ਵਲੌਗ ਮੈਂ 11:30 ਵਜੇ ਸਟਾਰਟ ਕਰ ਲਿਆ ਹੋਇਆ ਹੈ 11:30 ਬੱਜ ਗਏ ਨੇ ਤੇ ਘਰ ਦੇ ਕੰਮ ਹੋ ਗਏ ਨੇ ਤੇ ਤੁਹਾਨੂੰ ਪਤਾ ਹੀ ਬਾਹਰ ਕੰਮ ਚੱਲ ਰਿਹਾ ਆਪਣੇ ਉਹਦੇ ਕਰਕੇ ਫਿਰ ਜ਼ਿਆਦਾ ਸਫਾਈਆਂ ਵਗੈਰਾ ਮੈਂ ਨਹੀਂ ਕੀਤੀਆਂ ਆਲੇ ਵੀ ਚਾੜੂ ਕੱਢ ਲਿਆ ਰਸੋਈ ਦਾ ਹੋ ਗਿਆ ਤੇ ਮੈਂ ਹੁਣ ਲਗਾਣ ਲੱਗੀ ਸੀ ਪ੍ਰੈਸ ਮੈਂ ਕਿਹਾ ਚਲੋ ਵਿਹਲੇ ਕਿਉਂ ਬੈਣਾ ਨਾ ਕੋਈ ਕੰਮ ਕਰ ਲੈਣੇ ਨਾਲੇ ਵਲੌਗ ਸ਼ੂਟ ਹੋ ਜਾਏਗਾ ਤੇ ਮੈਂ ਵਲੌਗ ਦੀ ਵੀ ਸਟਾਰਟਿੰਗ ਹੁਣ ਕਰ ਲਈ 11:30 ਵਜ ਤੇ ਹੁਣ ਮੈਂ ਕਿਹਾ ਚਲੋ ਆਪਣਾ ਕੰਮ ਵਗੈਰਾ ਕਰ ਲੈਣੀ ਆ ਤੇ ਮੈਂ ਹੁਣ ਕੰਮ ਕਰਨ ਲੱਗੀ ਆ ਸੋ ਮੇਰੇ ਵਲੌਗ ਦੇ ਵਿੱਚ ਲਾਸਟ ਤੱਕ ਜਰੂ ਬਨੇ ਰਹੋ ਜਿਹੜਾ ਕੋ ਚੈਨਲ ਤੇ ਪਹਿਲੀ ਵਾਰ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਵਲੌਗ ਦੇ ਵਿੱਚ ਬਨੇ ਰਹੋ ਸੋ ਹਾਂਜੀ ਫੈਮਿਲੀ ਇਥੇ ਆ ਗਈ ਸੀ ਮੈਂ ਕਪੜੇ ਪ੍ਰੈਸ ਕਰਨ ਤੇ ਕਿਉਂਕਿ ਸਫਾਈਆਂ ਵਗੈਰਾ ਹੋ ਗਿਆ ਹੋਇਆ ਸੀ ਕਹਿੰਦਾ ਮਤਲਬ ਕਿ ਝਾੜੂ ਹੀ ਕੱਢਿਆ ਸੀ ਪੋਚਾ ਨਹੀਂ ਲਗਾਇਆ ਸੀ ਕਿਉਂਕਿ ਬਾਹਰ ਤੁਹਾਨੂੰ ਪਤਾ ਕੰਮ ਚੱਲ ਰਿਹਾ ਉਹਦੇ ਕਰਕੇ ਫਿਰ ਮੈਂ ਅੰਦਰ ਅਜੇ ਪੋਚਾ ਨਹੀਂ ਲਗਾ ਰਹੀ ਮੈਂ ਸੋਚਿਆ ਸੀ ਚਲੋ ਸ਼ਾਮ ਨੂੰ ਆਪਾਂ ਸਫਾਈ ਵਗੈਰਾ ਕਰ ਲਾਂਗੇ ਜੋ ਹੋਇਆ ਤਾਂ ਤੇ ਮੈਂ ਫ੍ਰੀ ਸੀਗੀ ਰਸੋਈ ਦਾ ਵੀ ਸਾਰਾ ਨਿਬੜਾਇਆ ਸੀ ਕੰਮ ਸੰਡੇ ਸੀ ਸੰਜੇ ਨੂੰ ਪਤਾ ਹੀ ਹੈ ਮੇਰੇ ਹਸਬੰਦ ਦੀ ਹਨਾ ਰੋਟੀ ਨਹੀਂ ਜਾਂਦੀ ਤਾਂ ਮੈਂ ਫ੍ਰੀ ਹੋਈ ਸੀਗੀ ਤੇ ਮੈਂ ਸੋਚਿਆ ਕਿਉਂ ਨਾ ਹਨਾ ਪ੍ਰੈਸ ਲਗਾਈ ਜਾਏ ਕਿਉਂਕਿ ਮੈਨੂੰ 2-3 ਦਿਨ ਹੋ ਗਏ ਸੋਚਦੇ ਨੂੰ ਪ੍ਰੈਸ ਲਗਾਨੀਆਂ ਲਗਾਨੀਆਂ ਬਸ ਇਦਾਂ ਹੀ ਕੋਲ ਨੂੰ ਪਤਾ ਹੀ ਮੈਂ ਆਪਣੇ ਘਰ ਦੇ ਵਿੱਚ ਰਿਪੇਅਰ ਕਰ ਰਹੀ ਹਾਂ ਪੁੱਟੀ ਕਰ ਰਹੀ ਹਾਂ ਉਹਦੇ ਕਰਕੇ ਫਿਰ ਹਾਂ ਨਾ ਟਾਈਮ ਨਹੀਂ ਲੱਗ ਰਿਹਾ ਸੀ ਤਾਂ ਫਿਰ ਅੱਜ ਮੈਂ ਟਾਈਮ ਚ ਟਾਈਮ ਕੱਢ ਕੇ ਮੈਂ ਕਿਹਾ ਜਿੰਨੇ ਕੋ ਹੋਣਗੇ ਤਿੰਨ ਸ਼ਰਟਾਂ ਚਾਰ ਸ਼ਰਟਾਂ ਪੰਜ ਜਿੰਨੀਆਂ ਵੀ ਹੋਣਗੀਆਂ ਮੈਂ ਕਰ ਲੈਣੀਆਂ ਪ੍ਰੈਸ ਕਰੂੰਗੀ ਮੇਰੇ ਤੋਂ ਜ਼ਿਆਦਾ ਪ੍ਰੈਸ ਲੱਗਦੀ ਹੁੰਦੀ ਵੀ ਨਹੀਂ ਮੇਰੀ ਕਮਰ ਦੁਖਣ ਲੱਗ ਜਾਂਦੀ ਹੈ ਝੁੱਕ ਕੇ ਤਾਂ ਕਰਕੇ ਫਿਰ ਮੈਨੂੰ ਐਸੀ ਜਿੰਨੀਆਂ ਕੋ ਹੋਣਗੀਆਂ ਵੀ ਡੇਲੀ ਸ਼ਾਮ ਨੂੰ ਰੋਜ਼ ਲਗਾ ਲਿਆ ਕਰੂੰਗੀ ਉਹਨੇ ਉਹਨੇ ਫਟਾਫਟ ਚੱਲ ਕੱਪੜੇ ਨਿਭਟ ਜਾਣਗੇ ਨਾ ਦੇ ਪ੍ਰੈਸ ਆਲੇ ਤਾਂ ਕਰਕੇ ਬਸ ਲਗਾ ਲਈ ਸੀ ਤੇ ਇੱਕ ਗੱਲ ਹੋਰ ਕਹਣੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਨੂੰ ਸਬਸਕ੍ਰਾਈਬ ਕਰ ਲਓ ਮੇਰਾ ਵਲੌਗ ਦੇਖਣ ਲਈ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਨੂੰ ਮੇਰੀ ਵੀਡੀਓ ਜਲਦੀ ਮਿਲੇਗੀ ਹਨਾ ਤਾਂ ਸਬਸਕ੍ਰਾਈਬ ਕਰ ਲਓ ਬਾਕੀ ਮੇਰੇ ਜਿਹੜੇ ਪੁਰਾਣੇ ਸਬਸਕ੍ਰਾਈਬਰ ਨੇ ਮੈਨੂੰ ਜਿਹੜੇ ਡੇਲੀ ਦੇਖਦੇ ਨੇ ਉਹ ਤਾਂ ਮੈਨੂੰ ਬਹੁਤ ਸਪੋਰਟ ਕਰਦੇ ਨੇ ਬਹੁਤ ਪਿਆਰ ਦਿੰਦੇ ਨੇ ਮੈਂ ਉਹਨਾਂ ਦੇ ਹਨਾ ਜਿਨ੍ਹਾਂ ਉਹ ਪਿਆਰ ਦਿੰਦੇ ਨੇ ਜਿਨ੍ਹਾਂ ਉਹ ਸਪੋਰਟ ਕਰਦੇ ਨੇ ਮੈਂ ਉਹਨਾਂ ਦੀ ਤਰ੍ਹਾਂ ਤਾਂ ਨਹੀਂ ਕਰ ਸਕਦੀ ਉਹਨਾਂ ਦਾ ਜਿਨ੍ਹਾਂ ਉਹ ਮੈਨੂੰ ਕਰਦੇ ਆਂ ਬਾਕੀ ਬਸ ਮੈਂ ਤਾਂ ਇੰਨਾ ਹੀ ਕਰ ਸਕਦੀ ਆਂ ਕਿ ਤੁਹਾਡਾ ਥੈਂਕ ਯੂ ਧੰਨਵਾਦ ਕਰ ਸਕਦੀ ਆਂ ਕਿ ਹਾਂ ਤੁਸੀਂ ਇੰਨਾ ਸਪੋਰਟ ਤੇ ਪਿਆਰ ਦਿੰਦੇ ਹੋ ਤੇ ਇਦਾਂ ਹੀ ਦਿੰਦੇ ਰਿਹਾ ਕਰੋ ਤੇ ਮੈਂ ਰਾਤ ਨੂੰ ਲਾਈਵ ਆਉਣੀ ਆ 8 ਵਜੇ ਪਲੀਜ਼ ਆਇਆ ਕਰੋ ਗੱਲਾਂ ਬਾਤਾਂ ਕਰਿਆ ਕਰੋ ਤੇ ਵੀਡੀਓ 9 ਵਜੇ ਆਂਦੀ ਹੈ ਮੇਰੀ ਫੁੱਲ ਵਾਚ ਕਰਿਆ ਕਰੋ ਹਨਾ ਮੈਨੂੰ ਵਾਚ ਟਾਈਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਸਾਰਿਆਂ ਨੂੰ ਕਹਿਣੀ ਹੁੰਦੀ ਹੈ ਮੈਂ ਵਾਰ ਕਿ ਮੈਨੂੰ ਵਾਚ ਟਾਈਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਮੈਨੂੰ ਉਨਾਲਿਆ 5.5 ਹੋ ਗਏ 6 ਮਹੀਨੇ ਹੋਣ ਆ ਲਿਆ ਮਿਹਨਤ ਕਰਦੀ ਨੂੰ ਹੁਣ ਮੈਨੂੰ ਐਵੇਂ ਹੋਇਆ ਪਿਆ ਇੱਕ ਇੱਕ ਦਿਨ ਕਰਕੇ ਵੀ ਅੱਜ ਕੱਲ ਬੈਰਾ ਹਮੇਸ਼ਾ 12:30 ਵਜੇ ਤੋਂ ਬਾਅਦ ਚੇਂਜ ਹੁੰਦਾ ਮੇਰਾ ਵੋਚ ਟਾਈਮ ਦੁਪਹਿਰ ਨੂੰ ਤੇ ਮੈਂ ਹਰ ਰੋਜ਼ ਵੇਟ ਕਰਦੀ ਆ ਕਿ ਮੇਰਾ ਵੋਚ ਟਾਈਮ ਅੱਜ ਕਿੰਨਾ ਹੋ ਗਿਆ ਕੱਲ ਕਿੰਨਾ ਹੋ ਗਿਆ ਸੋ ਇਹ ਹੁੰਦਾ ਹੈ ਕਿ ਖੁਸ਼ੀ ਹੁੰਦੀ ਹੈ ਜੇ ਚਾਹੇ ਮੇਰੇ ਵੀਕਐਂਡੇ ਵਧਣ ਚਾਹੇ ਮੇਰੇ 24 ਘੰਟੇ ਚਾਹੇ 30 ਡੇਲੀ ਦੇ ਹਨਾ ਪਰ ਜਦੋਂ ਮੈਂ ਆਪਣੇ ਵੋਚ ਟਾਈਮ ਦੇਖਦੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਕੋਈ ਗੱਲ ਨਹੀਂ ਮਿਹਨਤ ਕਰ ਰਹੀਆਂ ਕਿੰਨੇ ਸਬਰ ਦਾ ਫਲ ਮਿੱਠ ਤੁਹਾਨੂੰ ਸਾਰਿਆਂ ਨੂੰ ਪਤਾ ਹੀ YouTube ਤੇ ਜਿਹੜਾ ਕੋਈ ਆ ਗਿਆ ਉਹਨੂੰ ਸਬਰ ਤਾਂ ਕਰਨਾ ਹੀ ਪੈਣਾ ਹੈ ਸੋ ਬਸ ਮੈਂ ਵੀ ਸਬਰ ਹੀ ਕਰ ਰਹੀ ਹਾਂ ਤੇ ਇੱਥੇ ਮੈਂ ਬਣਾ ਰਹੀ ਸੀ ਸੇਵੀਆਂ ਮੇਰੇ ਕੋਲ ਦਮ ਦਿਲ ਕਰ ਪਿਆ ਕਿਉਂਕਿ ਨਾ ਮੇਰਾ ਰੋਟੀ ਖਾਣ ਨੂੰ ਦਿਲ ਨਹੀਂ ਕਰ ਰਿਹਾ ਹੀ ਦੋ ਤਿੰਨ ਦਿਨ ਹੋ ਗਏ ਜੀਭ ਜਾ ਕੋਈ ਸਬਜ਼ੀ ਖਾਣ ਨੂੰ ਦਿਲ ਨਹੀਂ ਕਰ ਰਿਹਾ ਤੇ ਫਿਰ ਮੈਂ ਕਿਹਾ ਚਲੋ ਸੇਵੀਆਂ ਬਣਾਨੇ ਆ ਨਮਕੀਨ ਤਾਂ ਬਸ ਉਹੀ ਬਣਾ ਰਹੀ ਸੀ ਤੇ ਤੁਹਾਡੇ ਸਾਰਨਾ ਉਹ ਰੈਸਪੀ ਵੀ ਅੱਜ ਸ਼ੇਅਰ ਕਰੂੰਗੀ ਮੈਂ ਸਭ ਤੋਂ ਪਹਿਲਾਂ ਪਿਆਜ਼ ਆਪਣਾ ਸ਼ਿਮਲਾ ਮਰਚਾ ਤੇ ਆਲੂ ਤੇ ਟਮਾਟਰ ਲੈ ਲਏ ਸੋ ਹਾਂਜੀ ਫੈਮਲੀ ਇਹ ਨਾ ਮੈਂ ਬ੍ਰਿਕ ਬ੍ਰਿਕ ਕੱਟ ਲਿਆ ਸੀ ਜਿਵੇਂ ਪਿਆਜ਼ ਆ ਕੀ ਪਾਏ ਜਿਆਦਾ ਨਹੀਂ ਪਾਏ ਸੀ ਬਾਕੀ ਤੁਸੀਂ ਜਿੰਨੇ ਮਰਜ਼ੀ ਪਾ ਸਕਦੇ ਹੋ ਤੇ ਆਪਣਾ ਸ਼ਿਮਲਾ ਮਰਚ ਤੇ ਜੋ ਵੀ ਟਮਾਟਰ ਵਗੈਰਾ ਸਭ ਕੁਝ ਮੈਂ ਬ੍ਰਿਕ ਬ੍ਰਿਕ ਕਰ ਲਿਆ ਸੀ ਤੇ ਤੁਸੀਂ ਹੋਰ ਵੀ ਆਪਣੇ ਵੱਲੋਂ ਹਨਾ ਹੋਰ ਵੀ ਕੋਈ ਸਬਜ਼ੀਆਂ ਲੈ ਸਕਦੇ ਹੋ ਜਿਹੜਾ ਤੁਹਾਡੀ ਇੱਛੂ ਕੋ ਤੁਸੀਂ ਸਵਾਲ ਲੱਗਦੇ ਮਟਰ ਪਾ ਲਓ ਜਿੱਦਾਂ ਗਾਜਰਾਂ ਗੀਆਂ ਕੋ ਗਾਜਰਾ ਪਾ ਲਓ ਕੋਈ ਵੀ ਸਬਜ਼ੀ ਪਾ ਲਓ ਇਹਦੇ ਵਿੱਚ ਸਵਾਲ ਲੱਗਦੇ ਨੇ ਸੇਵੀਆਂ ਦੇ ਵਿੱਚ ਇਹ ਨਾ ਜਿਵੇਂ ਆਪਾਂ ਹੱਥ ਦੇ ਵਿੱਚ ਨਹੀਂ ਵੱਟਦੇ ਸੀ ਆਪਣੇ ਆਪਣੇ ਵੇ ਵਡੇ ਵੱਟਦੇ ਸੀ ਨੂਡਲ ਟਾਈਪਸ ਉਹ ਟਾਈਪਸ ਇਹ ਬ੍ਰਿਕ ਸੇਵੀਆਂ ਨੇ ਮੇਰੀ ਮੰਮੀ ਨੇ ਦਿੱਤੀਆਂ ਸੀ ਕਿ ਮੈਨੂੰ ਜਦੋਂ ਮੈਂ ਗਈ ਸੀ ਦੇ ਲੈ ਜਾਓ ਇਧਰ ਪਿੰਡ ਸਾਡੇ ਉਧਰ ਪਿੰਡਾ ਸਾਈਡ ਵਟਵਾ ਦੇ ਆ ਨਾ ਤਾਂ ਮੇਰੇ ਮੰਮਾ ਨੇ ਘਰ ਕਿਸੇ ਤੋਂ ਵਟਵਾਈ ਹੋਣੀ ਆ ਜੇ ਮੰਮਾ ਕੋਲ ਪਈਆਂ ਸੀ ਤਾਂ ਮੈਨੂੰ ਮੰਮਾ ਦਿੱਤੀ ਆ ਕਿ ਤੂੰ ਵੀ ਬਣਾ ਲਈ ਜਾ ਕੇ ਬਹੁਤ ਟੇਸਟ ਚ ਲੱਗਦੀ ਜਿਵੇਂ ਆਪਾਂ ਨੂਡਲ ਬਣਾਨੇ ਨੂਡਲ ਵਗਾ ਹੀ ਟੇਸਟ ਹੁੰਦਾ ਬਸ ਥੋੜਾ ਜਿਹਾ ਬਣਾਉਣ ਚ ਫਰਕ ਪੈ ਜਾਂਦਾ ਹੈਗਾ ਤੇ ਬਸ ਇਦਾਂ ਮੈਂ ਕੱਟ ਰਹੀ ਸੀ ਸਮਾਨ ਤੇ ਹੋਰ ਤੁਸੀਂ ਸਾਰੇ ਜਣੇ ਇਸ ਨਾਉ ਚ ਮੇਰੀ ਵੀਡੀਓ ਜੇ ਤੱਕ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜੋੜ ਦਸਿਓ ਕਮੈਂਟ ਜੋੜ ਕਰਿਆ ਕਰੋ ਤੁਹਾਡੇ ਕਮੈਂਟ ਤੋਂ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਵੀ ਮੈਂ ਵਧੀਆ ਕੰਮ ਕਰ ਰਹੀ ਹਾਂ ਸੋ ਇਦਾਂ ਹੀ ਕਰਦੀ ਰਹੂੰਗੀ ਜੇ ਤੁਸੀਂ ਸਾਰਿਆਂ ਨੇ ਹਨਾ ਮੈਂ ਕੋਈ ਵੀ ਚੀਜ਼ ਬਣਾਉਣੀ ਆ ਰੈਸਪੀ ਵਗੈਰਾ ਚਾਹੀਦੀ ਹੁੰਦੀ ਆ ਤਾਂ ਮੈਨੂੰ ਕਮੈਂਟ ਕਰਿਓ ਮੈਂ ਰੈਸਪੀ ਵੀ ਜ਼ਰੂਰ ਤੁਹਾਡੇ ਸਾਰਨਾ ਸ਼ੇਅਰ ਕਰ ਲਿਆ ਕਰੂੰਗੀ ਕਿਉਂਕਿ ਮੈਂ ਤਾਂ ਇਦਾਂ ਦਾ ਕੁਝ ਘਰ ਬਣਾਉਣੀ ਰਹਿਣੀ ਆ ਮੇਰਾ ਕਈ ਵਾਰ ਜਿਵੇਂ ਅੱਜ ਕੱਲ ਰੋਟੀ ਖਾਂਦ ਦਿਲ ਨਹੀਂ ਕਰ ਰਿਹਾ ਤਾਂ ਕੁਝ ਦਿਲ ਕਰਪੰਦਾ ਖਾਣ ਨੂੰ ਤਾਂ ਟੀਵੀ ਖਾ ਲੈਂਦੀ ਹੈ ਨਾਲ ਹੀ ਤੇ ਉਹਨੂੰ ਇਹ ਚੀਜ਼ਾਂ ਦਾ ਹੀ ਸ਼ੌਂਕ ਹੈ ਜ਼ਿਆਦਾ ਏਕ ਖਾ ਲਿਆ ਜਿਵੇਂ ਸੇਵੀਆਂ ਖਾ ਲੀਆਂ ਜਾਂ ਮਿੱਠੀਆਂ ਸੇਵੀਆਂ ਬਣਾਤੀਆਂ ਬਸ ਇਦਾਂ ਹੀ ਉਹਨੂੰ ਕਰਕੇ ਕੁਝ ਬਣਾ ਕੇ ਦਿੰਦੀ ਰਹਿੰਦੀ ਹੈ ਉਹ ਖਾਂਦੀ ਰਹਿੰਦੀ ਹੈ ਸੋ ਉਹਨੇ ਇੱਥੇ ਆਪਾਂ ਆਪਣੀ ਰੈਸਪੀ ਸ਼ੁਰੂ ਕਰ ਰਹੇ ਹਾਂ ਤੇ ਇੱਥੇ ਮੈਂ ਨਾ ਕੜਾਈ ਰੱਖਤੀ ਸੀ ਕੜਾਈ ਦੇ ਵਿੱਚ ਤੇਲ ਪਾ ਲਿਆ ਤੇਲ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਤੁਸੀਂ ਪਾਣਾ ਕੋਈ ਘੱਟ ਵੱਧ ਨਹੀਂ ਜਿੰਨਾ ਤੁਹਾਨੂੰ ਸਹੀ ਲੱਗਦਾ ਆਪਣੀ ਰੈਸਪੀ ਦੇ ਅਕੋਰਡਿੰਗ ਹੰਨਾਗਾ ਪਾ ਲਓ ਤੇ ਉਸ ਤੋਂ ਬਾਅਦ ਮੇਰਾ ਨਾ ਤੇਲ ਆਪਣਾ ਸਾੜ ਗਿਆ ਤੇਲ ਸਾੜਨ ਤੋਂ ਬਾਅਦ ਮੈਂ ਨੇ ਪਾਤਾ ਜੀਰਾ ਜੀਰਾ ਤੁਹਾਡੀ ਮਰਜ਼ੀ ਹੈ ਤੁਸੀਂ ਪਾਣਾ ਤਾਂ ਪਾ ਲਓ ਨਹੀਂ ਅਵੋਇਡ ਵੀ ਕਰ ਸਕਦੇ ਹੋ ਐਡੀ ਕੋਈ ਗੱਲ ਨਹੀਂ ਹੈ ਜੀਰਾ ਚੰਗੀ ਤਰ੍ਹਾਂ ਭੁੰਨ ਲਾਗੇ ਉਸ ਤੋਂ ਬਾਅਦ ਮੈਂ ਪਿਆਜ਼ ਤੇ ਆਲੂ ਹਨ ਇਕੱਠੇ ਕੱਟਲੇ ਸੀ ਬਸ ਉਹਨਾਂ ਨੂੰ ਚੰਗੀ ਤਰ੍ਹਾਂ ਹਨ ਬ੍ਰਾਊਨ ਕਰ ਲੂੰਗੀ ਜਦੋਂ ਮੇਰੇ ਆਲੂ ਪਿਆਜ਼ ਬ੍ਰਾਊਨ ਹੋ ਜੰਗੇ ਉਸ ਤੋਂ ਬਾਅਦ ਮੈਂ ਪਾ ਦੂੰਗੀ ਆਪਣਾ ਸ਼ਿਮਲਾ ਮਰਚਾ ਤੇ ਸ਼ਿਮਲਾ ਮਰਚਾ ਤੇ ਆਲੂ ਪਿਆਜ਼ ਸਾਰ सा पाया कि वजिए तरीके बन जाएगे है ना भी भुने जाएंगे कच्चे नहीं रहने बाद मैं टमाटर पाए थी तुम तो इस गल का ध्यान रख्या करो जो भी सब्जी बनानी है कुछ भी बनाना है सब तो पहला आलू प्याज प्याजा ही भुनया करो जिमें शिमला मिर्च पा दोनों भुन लो टमा सब तो बाद क्योंकि जो प्याज कच्चे रह गए बाद टमाटर पाता आप बाद कुछ नहीं होना है ठीक है प्याजा चंह तरह बना कर लिया करो उस तो बाद वी जो आप टमाटर पावे वजिए फ्लेवर आता है बस इस गल का ध्यान रखियो Thank <laughs> you. ਤੇ ਤੇ ਮੈਨਾਂ ਮੇਰਾ ਸਾਰਾ ਕੁਝ ਬਣ ਗਿਆ ਹੋਇਆ ਸੀਗਾ ਜਿਵੇਂ ਪਿਆਜ਼ ਆਲੂ ਹਨਾ ਮੈਂ ਭੁੰਨ ਲਈ ਹੀ ਚੰਗੀ ਤਰ੍ਹਾਂ ਤੇ ਇਸ ਤੋਂ ਬਾਅਦ ਮੈਂ Shimla mircha ਪਾ ਦੂੰਗੀ ਆਪਣੀਆਂ Shimla mirch ਪਾਉਣ ਤੋਂ ਬਾਅਦ ਵੀ ਮੈਂ 2-4 2-3 ਮਿੰਟ ਹਨਾ ਫਰਾਈ ਕਰੂੰਗੀ ਫਰਾਈ ਕਰਨ ਤੋਂ ਬਾਅਦ ਫਿਰ ਮੈਂ ਆਪਣਾ ਟਮਾਟਰ ਵਗੈਰਾ ਪਾ ਦੂੰਗੀ ਟਮਾਟਰ ਪਾ ਕੇ ਉਸ ਨੂੰ 2 ਮਿੰਟ ਭੁੰਨ ਕੇ ਫਿਰ ਆਪਣਾ ਨੂਨ ਮਰਚ ਹਲਦੀ ਤੇ ਧਨੀਆ ਪਾਊਡਰ ਜਿਆਦਾ ਕੁਝ ਨਹੀਂ ਮੈਂ ਪਾਇਆ ਸੀਗਾ ਨੂਨ ਜਿਵੇਂ ਛੋਟੇ ਚਮਚੇ ਦੇ ਹੁੰਦੇ 2 ਮੈਂ ਨਮਕ ਪਾਤੇ ਤੇ ਥੋੜੀਆਂ ਜਿਹੀਆਂ ਲਾਲ ਮਿਰਚਾਂ ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਹਨਾ ਜਿੰਨਾ ਤੁਸੀਂ ਨਮਕ ਵਗੈਰਾ ਖਾਣਿਓ ਜੋ ਵੀ ਸਵਾਦ ਅਨੁਸਾਰ ਪਾ ਸਕਦੇ ਹੋ ਬਸ ਮੈਂ ਆਪਣਾ ਸਾਰਾ ਸਮਾਨ ਪਾ ਕੇ ਚੰਗੀ ਤਰ੍ਹਾਂ ਭੁੰਨ ਕੇ ਆਪਣੇ ਮਸਾਲੇ ਨੂੰ ਰੈਡੀ ਕਰ ਲੂੰਗੀ ਤੋ ਹਾਂਜੀ ਫੈਮਿਲੀ ਇੱਥੇ ਨਾ ਮੇਰਾ ਮਸਾਲਾ ਬਿਲਕੁਲ ਰੈਡੀ ਹੋ ਗਿਆ ਸੀ ਤੇ ਮੈਂ ਸੇਵੀਆਂ ਪਾ ਦੂੰਗੀ ਦੇਖੋ ਤੁਸੀਂ ਇਹ ਜਿਹੜੀਆਂ ਆਪਾਂ ਹੱਥ ਨਾਲ ਵਟਦੇ ਆ ਉਹ ਵਾਲੀ ਸੇਵੀਆਂ ਨੇ ਹੱਥ ਨਾਲ ਨਹੀਂ ਵੀ ਜਿਹੜੀ ਮਸ਼ੀਨ ਦੇ ਵਿੱਚ ਗੁੰਦ ਕੇ ਆਪਾਂ ਜਦੋਂ ਜ਼ੋਰ ਲਗਾਨੇ ਉਦਾਂ ਨਹੀਂ ਗੁੰਦੀਆਂ ਜਾਂਦੀਆਂ ਉਹ ਵਾਲੀਆਂ ਸੇਵੀਆਂ ਨੇ ਵਾਲੀਆਂ ਤਾਂ ਪਾਨ ਤੋਂ ਬਾਅਦ ਫਿਰ ਮੈਂ ਇੱਕ ਦੋ ਗਲਾਸ ਹਨਾ ਪਾਣੀ ਦੇ ਪਾ ਦੂੰਗੀ ਵੀ ਵਧੀਆ ਪਾਣੀ ਨਾਲ ਹੀ ਹੈ ਕਿ ਬਣ ਜਾਣਗੇ ਐਦਾਂ ਤਾਂ ਸੁੱਕੀਆਂ ਨਹੀਂ ਬਣਨੀਆਂ ਪਾਣੀ ਪਾ ਕੇ ਹੀ ਬਣਨੀਆਂ ਨੇ ਤਾਂ ਫਿਰ ਇਹਨਾਂ ਨੂੰ ਪਾਣੀ ਪਾਨ ਤੋਂ ਬਾਅਦ ਹਨਾ ਮੈਂ ਟੱਕ ਕੇ ਰੱਖ ਦੂੰਗੀ ਇਹ 15 ਮਿੰਟ 20 ਮਿੰਟ ਲੈ ਲੇ ਸੀ ਨੇ ਬੜਨ ਨੂੰ ਬਸ ਉਸ ਤੋਂ ਬਾਅਦ ਬਣਿਆ ਬਾਅਦ ਵਿੱਚ ਵੀ ਤੁਹਾਨੂੰ ਸਾਰਨ ਦਿਖਾਇਆ ਹੀ ਹੈ ਮੈਂ ਬਹੁਤ ਹੀ ਵਧੀਆ ਟੇਸਟੀ ਤੇ ਸਵਾਦਿਸ਼ਟ ਬਣਿਆ ਸੀ ਬਾਹਰ ਦਾ ਖਾਣ ਨਾਲੋਂ ਹਣਾ ਆਪਾਂ ਨੂੰ ਘਰ ਦਾ ਖਾਣਾ ਚਾਹੀਦਾ ਹੈਗਾ ਮੈਂ ਇੱਕ ਦੋ ਦਿਨ ਪਹਿਲਾਂ ਹਣਾ ਥੋੜੇ ਦਿਨ ਪਹਿਲਾਂ ਮੈਂ ਬਾਹਰੋਂ ਨੂਡਲ ਮੰਗਾਏ ਸੀ ਤੇ ਮੈਂ ਉਹ ਖਾ ਲਏ ਮੈਂ ਸਾਰਾ ਦਿਨ ਬਿਮਾਰ ਰਹੀ ਅਗਲੇ ਦਿਨ ਮੇਰੇ ਐਸਿਡਿਟੀ ਬਣ ਗਈ ਤਜਾਬ ਬਣ ਗਿਆ ਬਹੁਤ ਖੁਸ਼ ਹਣਾ ਮੈਂ ਸਾਰਾ ਦਿਨ ਬਿਮਾਰ ਰਹੀ ਤੇ ਉਸ ਦਿਨ ਤੋਂ ਬਾਅਦ ਅਸਤਾਕ ਮੈਂ ਬਾਹਰਲਾ ਕਦੇ ਵੀ ਮੰਗਾ ਕੇ ਨਹੀਂ ਖਾਇਆ ਕਿਉਂਕਿ ਇਹ ਜੱਕ ਸਵਾਦ ਦਾ ਕੀ ਖਾਣਾ ਵੀ ਜਿਹੜੇ ਆਪਣੀ ਤਬੀਅਤ ਹੀ ਖਰਾਬ ਕਰਦੇ ਹਨ ਕਿ ਮੈਨੂੰ ਉਸ ਦਿਨ ਐਵੇਂ ਫੀਲ ਹੋ ਰਿਹਾ ਸੀ ਕਿ ਪਤਾ ਨਹੀਂ ਮੈਨੂੰ ਕੀ ਹੋ ਰਿਹਾ ਮੈਂ ਕਿਉਂ ਬਿਮਾਰ ਹੋ ਗਈ ਜਾਂ ਕਿਉਂਕਿ ਮੈਂ ਤੋ ਨਾ ਹੀ ਸ਼ੂਟ ਹੋਵੇ ਨਾ ਹੀ ਇਹ ਦੇਖੋ ਆਪਣੀ ਸੇਵੀਆਂ ਨੇ ਬਣ ਗਈਆਂ ਨੇ ਇੰਨੀਆਂ ਸਵਾਦ ਤੇ ਟੇਸਟੀ ਐਵੇਂ ਬਣਦੀਆਂ ਨੇ ਇਹ ਤੇ ਸੇਵੇ ਬਣ ਕੇ ਰੈਡੀ ਨੇ ਦੇਖ ਲਓ ਸिखਾ ਲਊਗਾ ਤੁਹਾਨੂੰ ਚਲੋ ਸਾਡੀ ਸੇਵੀਆਂ ਮੈ ਗਈ ਹਨਾ ਮੋਕਸ਼ੀ ਆ ਗਈ ਮੋਕਸ਼ੀ ਦੇ ਵਾਲੋ ਸੋ ਹਾਂਜੀ ਫੈਮਿਲੀ ਉਸ ਤੋਂ ਬਾਅਦ ਨਾ ਮੈਂ ਜਿਵੇਂ ਖਾਰੀ ਸੀ ਸੇਵੀਆਂ ਵਗੈਰਾ ਉਸ ਤੋਂ ਬਾਅਦ ਮੈਂ ਕੁਝ ਨਹੀਂ ਸ਼ੂਟ ਕਰ ਰਹੀ ਕਿਉਂਕਿ ਮੋਕਸ਼ੀ ਆ ਗਈ ਸੀ ਮੋਕਸ਼ੀ ਦਾ ਸਾਨੂੰ ਪਤਾ ਹੀ ਨਾ ਕੰਮ ਵਗੈਰਾ ਨਹੀਂ ਕਰਨ ਦੀ ਨਾ ਕੁਝ ਫਿਰਉਂਦੇ ਚ ਲੱਗੀ ਸੀ ਦੋ ਤਿੰਨ ਘੰਟੇ ਹੁੰਦੇ ਨਾਲ ਹਨਾ ਸਮਾਂ ਬਿਤਾਇਆ ਚਲੋ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਚਾਹ ਵਗੈਰਾ ਬਣਾ ਕੇ ਪੀ ਲਈ ਤੇ ਹੁਣ ਉਸ ਤੋਂ ਬਾਅਦ ਮੈਂ ਇਹ ਸ਼ਵਾਲਾ ਸ਼ੂਟ ਕਰ ਰਹੀ ਸੀਗੀ ਇਸ 5:30 ਪਤਾ ਨਹੀਂ 5 ਵਜੇ ਦਾ ਸ਼ੂਟ ਹੈ ਮੇਰਾ ਤੇ ਮੈਂ ਭਾਂਡੇ ਵਗੈਰਾ ਜੋੜਨ ਲੱਗ ਗਈ ਸੀ ਕਿ ਭਾਂਡੇ ਵਗੈਰਾ ਜੋੜ ਕੇ ਤੇ ਸਾਰੇ ਮੰਜੇ ਪਏ ਸੀ ਮੈਂ ਕਿਹਾ ਚਲ ਜਿੰਕ ਤੇ ਪੂਰੇ ਲੱਗ ਰਹੇ ਐ ਵੀ ਖੇਲੇ ਖੇਲੇ ਲੱਗ ਰਹੇ ਐ ਵੀ ਚਲੋ ਟੋਕਰੇ ਦੇ ਵਿੱਚ ਜੋੜ ਦਿੰਨੀ ਆ ਤੇ ਬਸ ਉਹ ਜੋੜ ਰਹੀ ਸੀ ਨਾਲ ਹੀ ਮੈਂ ਭਾਂਡੇ ਵਗੈਰਾ ਜਿਹੜੇ ਹੋਏ ਪਏ ਸੀ ਉਹ ਮੰਜਣ ਲੱਗ ਗਈ ਸੀ ਥੋੜੇ ਬਹੁਤ ਸੀ ਜਿਆਦਾ ਨਹੀਂ ਸੀ ਚਾ ਵਾਲੇ ਤੇ ਬਸ ਉਹ ਮੰਜਣ ਲੱਗ ਗਈ ਸੀ ਉਸ ਤੋਂ ਬਾਅਦ ਫਿਰ ਹੋਰ ਮੇਰੇ ਕੰਮ ਜਿਵੇਂ ਚੱਦਰ ਵਗੈਰਾ ਸ਼ਾਮ ਨੂੰ ਚੜ ਨਹੀਂ ਹੁੰਦੀ ਆ ਉਹ ਝੜਨ ਲੱਗ ਗਈ ਸੀ ਬਸ ਸ਼ਾਮ ਦੇ ਮੇਰੇ ਛੋਟੇ-ਮੋਟੇ ਜੇ ਕੰਮ ਸੀ ਜਿਆਦਾ ਤਸਵੀਰੇ ਸਵੇਰੇ ਕੰਮ ਹੁੰਦੇ ਆ ਕਰਨ ਵਾਲੇ ਸ਼ਾਮ ਨੂੰ ਘੱਟ ਹੁੰਦੇ ਹੈਗੇ ਮੈਂ ਲਈ ਇੱਥੇ ਨਾ ਸ਼ਾਮ ਨੂੰ ਦੁਪਹਿਰੇ ਜਿਵੇਂ ਮੌਕਸ਼ੀ ਨਾਲ ਪੈ ਗਈ ਸੀ ਤੇ ਉਹ ਤਾਂ ਨਹੀਂ ਸੁੱਤੀ ਬੜ ਮੈਨੂੰ ਨੀਂਦ ਆਣ ਲੱਗੀ ਸੀ ਫਿਰ ਉਸ ਤੋਂ ਬਾਅਦ ਮੈਂ ਉੱਠ ਕੇ ਚਾਹ ਵਗੈਰਾ ਬਣਾ ਲਈ ਸੀ ਮੈਂ ਕਹਿਨੇ ਨਾ ਆਪ ਸੋਣਾ ਨਾ ਮੈਨੂੰ ਸੌਂਣ ਦੇਣਾ ਤੇ ਇੱਥੇ ਮੈਂ ਚੱਦਰ ਵਗੈਰਾ ਝਾੜ ਰਹੀ ਸੀਗੀ ਤੇ ਜੋ ਵੀ ਖਲਾਰਾ ਪਿਆ ਸੀਗਾ ਉਸ ਰੱਖਤਾ ਸੀਗਾ ਤੇ ਬਸ ਹੁਣ ਮੈਂ ਚੱਦਰ ਵਗੈਰਾ ਝਾੜ ਕੇ ਵਿਛਾਲੂਗੀ ਸੋ ਤੋਂ ਸਾਰੇ ਜਨੇ ਹਨਾ ਜਿਹੜਾ ਕੋਈ ਮੇਰੀ ਵੀਡੀਓ ਨੂੰ ਪਸੰਦ ਕਰਦਾ ਹੈ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਫੈਮਿਲੀ ਹੋਣੇ ਮੈਂ ਚੱਦਰ ਵਗੈਰਾ ਝਾੜ ਕੇ ਵਿਛਾਈ ਹੈਗੀ ਤੇ ਆਪਾਂ ਚੱਦਰ ਵਗੈਰਾ ਝਾੜ ਕੇ ਵਿਛਾ ਲਈ ਤੇ ਪਰਤਨ ਵਗੈਰਾ ਇਕੱਠੇ ਕਰੇ ਨੇ ਸ਼ਾਮ ਦੀ ਚਾਹ ਚੁਪੇ ਲਈ ਆਪਾਂ ਤੇ ਟਾਈਮ ਆਪਣਾ ਕਿੰਨਾ ਹੋ ਗਿਆ ਟਾਈਮ ਆਪਣੇ ਸਾਢੇ 5 ਹੋ ਗਏ ਨੇ ਤੇ ਅੱਜ ਮੈਂ ਵਲੌਗ 1.2 ਦੋ ਵਜੇ ਤੋਂ ਬਾਅਦ ਸ਼ੂਟ ਨਹੀਂ ਕੀਤਾ ਹੁਣ ਕਰਿਆ ਥੋੜਾ ਜਿਹਾ ਵਿਚੜਾ ਕੰਮ ਕਰਿਆ ਮੈਂ ਭਾਂਡੇ ਵਗੈਰਾ ਛੋੜ ਲਏ ਤੇ ਆਪਣਾ ਚਾਚੂ ਪਿੱਤੀ ਸੀਗੀ ਤੇ ਭਾਂਡੇ ਧੋਣੇ ਸੀ ਧੋ ਲਏ ਫਿਰ ਜੋੜ ਵੀ ਲਏ ਤੇ ਨਾਲ ਹੀ ਚੱਦਰ ਵਗੈਰਾ ਮੈਂ ਸੈੱਟ ਕਰਤੀ ਸ਼ਾਮ ਲਈ ਕਿਉਂਕਿ ਇੱਕ ਵਾਰ ਸ਼ਾਮ ਨੂੰ ਆਪਾਂ ਚੱਦਰ ਵਗੈਰਾ ਚਾੜ ਨਹੀਂ ਹੁੰਦੀ ਹੋਈ ਹੈ ਤੇ ਵਾਸ ਕੰਮ ਹੋ ਗਿਆ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਨੀ ਹੈ ਕਿ ਘਰ ਦੇ ਵਿੱਚ ਕਿੰਨਾ ਕੰਮ ਹੋ ਗਿਆ ਬਾਕੀ ਇੱਕ ਹੋਰ ਸੱਚ ਤੁਹਾਡੇ ਸਾਰਿਆਂ ਲਈ ਇੱਕ ਹੋਰ ਸਰਪ੍ਰਾਈਜ਼ ਹੈ ਸੋ ਉਹੀ ਹੈ ਨਾ ਕਿ ਜੋ ਰੱਬ ਨੇ ਸੋਚਿਆ ਉਹੀ ਹੋਣਾ ਹੈ ਜੋ ਆਪਾਂ ਸੋਚਿਆ ਕਦੇ ਨਹੀਂ ਹੋਣਾ ਸੋ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ ਤੁਹਾਡੇ ਸਾਰਿਆਂ ਲਈ ਤੇ ਕੱਲ wale vlog ਦੇ ਵੀ ਦੇਖਣ ਨੂੰ ਮਿਲੇਗਾ ਸੋ ਮੇਰੇ vlog ਦਾ ਪੇਜ ਜ਼ਰੂਰ ਕਰਿਓ ਤੇ ਤੁਹਾਨੂੰ ਸਾਰਿਆਂ ਨੂੰ ਪੰਤਾ ਦਿਖਾਉਣੀ ਆ ਕਿ ਕੀ ਕੀ ਰਹਿ ਗਿਆ ਕੀ ਹੋ ਗਿਆ ਆ ਦੇਖੋ ਇਹ ਟੱਕਣ ਬਣਿਆ ਇਹ ਟੱਕਣ ਬਾਹਰ ਬਾਹਰ ਵਾਸਤੇ ਤੇ ਆਪਣੀਆਂ ਜਿਹੜੀ ਇਹ ਹੈ ਇਹ ਤਾਂ ਚਲੋ ਇਦਾਂ ਹੀ ਰੋਗਾ ਕਲਾਰਾ ਵਗੈਰਾ ਪੀ ਆਵੋਇਡ ਕਰਿਓ ਆ ਇੱਥੇ ਅੱਜ ਪਲਸਤਰ ਵਗੈਰਾ ਲਗਾਇਆ ਸਾਰਾ ਤੇ ਵੀ ਇਹਨੂੰ ਆਪਾਂ ਪੁੱਟੀ ਵਗੈਰਾ ਕਰ ਦਿਆਂਗੇ ਤੇ ਤੁਹਾਨੂੰ ਸਾਰਾ ਬਾਹਰ ਨਾਲ ਸਾਡੇ ਸੀਪਰੇਸ ਵਾਲਾ ਜਿਹੜਾ ਟੱਕਣ ਹੈ ਨਾ ਉਹ ਟੁੱਟ ਗਿਆ ਸੀਗਾ ਜਿਹੜੀ ਤਾਂ ਫਿਰ ਉਹ ਵਾਲਾ ਜਿਹੜਾ ਦਿਖਾਇਆ ਬਣਿਆ ਪਿਆਗਾ ਉਹ ਟੱਕਣ ਬਣਿਆ ਹੋਇਆਗਾ ਪਾਪ ਨੇ ਬਣਾਇਆ ਵੀ ਆਪਾਂ ਬਾਹਰ ਲਗਾ ਦਾਂਗੇ ਕਿਉਂਕਿ ਟੱਕਾ ਟੁੱਟ ਗਿਆ ਸੀਗਾ ਤੇ ਬਾਕੀ ਕੱਲ ਇੱਕ ਹੋਰ ਸਰਪ੍ਰਾਈਜ਼ ਆ ਤੁਹਾਡੇ ਲਈ ਉਹ ਕੱਲ ਵਾਲੇ ਵਲੌਗ ਚ ਮਿਲੇਗਾ ਸੋ ਮੈਨੂੰ ਕੱਲ ਦੇ ਦਿਨ ਦਾ ਵੇਟ ਹੈ ਕਿਉਂਕਿ ਮੈਨੂੰ ਬਹੁਤ ਸ਼ੌਂਕ ਸੀ ਇਹ ਚੀਜ਼ ਆ ਜਿਹੜੀ ਹੋਣ ਜਾ ਰਹੀ ਹੈ ਸੋ ਜ਼ਰੂਰ ਵੇਟ ਕਰਿਓ ਤੇ ਬਾਕੀ ਬਸ ਅੱਜ ਵਾਲੇ ਵਲੌਗ ਦਾ ਮੈਂ ਇੱਥੇ ਐਂਡ ਕਰਦੀ ਹਾਂ ਜੇ ਤੁਹਾਨੂੰ ਸਾਰਿਆਂ ਨੂੰ ਮੇਰਾ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜੋ ਦੱਸਿਓ ਹੁਣ ਤੱਕ ਸਾਰਿਆਂ ਨੂੰ ਮਿਲੂੰਗੀ ਨੈਕਸਟ ਨਿਊ ਵਲੌਗ ਦੇ ਨਾਲ ਤੱਕ ਲਈ ਬਾਏ ਬਾਏ ਟੇਕ ਕੇਅਰ ਸਾਰੇ YouTube ਫੈਮਿਲੀ ਮੇਰੇ ਧਿਆਨ ਰ